ਇੱਕ ਦੋ ਹੋਰ ਆਪਸ਼ਨਾਂ ਵੀ ਨੇ। ਸਭ ਤੋਂ ਪਹਿਲਾਂ ਅਸੀਂ ਕੀ ਕੀਤਾ, ਇੱਕ ਓਬਜੈਕਟ ਬਣਾ ਲਿਆ, ਠੀਕ ਹੈ, ਇਹਨੂੰ ਡਿਮੈਂਸ਼ਨ ਦੇ ਦਿੰਦੇ ਹਾਂ 10। ਠੀਕ ਹੈ, ਪੈਟਰਨ ਲਿਆ, ਕਰਵ ਸਿਲੈਕਟ ਕੀਤੀ, ਇਹਦੇ ਲਈ ਆਪਾਂ ਲੀਨੀਅਰ ਕਰ ਦਈਏ ਅਤੇ ਪੁੱਛਦਾ ਡਾਇਰੈਕਸ਼ਨ, ਡਾਇਰੈਕਸ਼ਨ ਕਿਹੜੀ। ਮੈਂ ਕਿਹਾ ਜੀ ਡਾਇਰੈਕਸ਼ਨ ਔਰ, ਠੀਕ ਹੈ, ਕਿੰਨੀਆਂ ਆਈਟਮਾਂ ਚਾਹੀਦੀਆਂ। ਮੈਂ ਕਿਹਾ ਜੀ 10 ਆਈਟਮਾਂ ਚਾਹੀਦੀਆਂ, ਠੀਕ ਹੈ, ਕਿੰਨੇ ਕਿੰਨੇ ਡਿਸਟੈਂਸ 'ਤੇ। ਮੈਂ ਕਿਹਾ ਜੀ 15 15, ਠੀਕ ਹੈ। ਹੁਣ ਡਾਇਰੈਕਸ਼ਨ ਟੂ ਦੇ ਵਿੱਚ ਮੈਂ ਆਹ ਕਰੋ ਸਿਲੈਕਟ ਕਰਦੀ, ਕਿੰਨੀਆਂ ਆਈਟਮਾਂ ਚਾਹੀਦੀਆਂ। ਮੈਂ ਕਿਹਾ ਜੀ 5, ਕਿੰਨੇ ਕਿੰਨੇ ਡਿਸਟੈਂਸ 'ਤੇ। ਮੈਂ ਕਿਹਾ ਜੀ 15 15, ਠੀਕ ਹੈ। ਜੇ ਐਡਾਂ ਲਾਈਨ ਲੱਗੀ ਹੋਈ ਹੈ ਕਿਸੇ ਡਿਗਰੀ ਦੀ, ਠੀਕ ਹੈ, ਮੈਂ ਕਿਹਾ ਜੀ ਪੈਟਰਨ ਕਰਨਾ ਚਾਹੁੰਦੇ ਹਾਂ, ਕਿਹਨੂੰ ਕਰਨਾ ਚਾਹੁੰਦੇ ਹਾਂ, ਇਸ ਕਰਵ ਨੂੰ ਕਰਨਾ ਚਾਹੁੰਦੇ ਹਾਂ, ਡਾਇਰੈਕਸ਼ਨ ਕਿਹੜੀ। ਮੈਂ ਕਿਹਾ ਜੀ ਆਹ ਵਾਲੀ, ਡਾਇਰੈਕਸ਼ਨ 2 ਬੰਦ ਕਰ, ਠੀਕ ਹੈ, ਇੱਧਰ ਨੂੰ। ਕਿੰਨੀਆਂ ਆਈਟਮਾਂ ਚਾਹੀਦੀਆਂ, ਕਿੰਨੀ ਵੈਲਿਊ ਚਾਹੀਦੀ, ਲੱਗ ਜਾਣਗੇ। ਆਹ ਦੇਖੋ ਅੱਧੇ ਨੂੰ ਕਿੰਨੀਆਂ ਨਜ਼ਰ ਆ ਰਹੀ, ਹਾਂਜੀ, ਇੱਥੇ ਡਬਲ ਕਲਿੱਕ ਕਰਾਂਗੇ, ਹਾਂਜੀ, ਤਾਂ ਪੈਟਰਨ ਪੁਆਇੰਟ ਐਕਟਿਵ ਹੋ ਜਾਣਗੇ। ਡਾਇਰੈਕਸ਼ਨ 2 ਦੱਸਣੀ ਪੈਣੀ, ਡਾਇਰੈਕਸ਼ਨ 2 ਕਿੱਧਰ ਨੂੰ, ਯੂਜ਼ ਡਾਇਰੈਕਸ਼ਨ 2, ਡਾਇਰੈਕਸ਼ਨ 2 ਦੇ ਵਿੱਚ ਆਹ ਐਕਸਿਸ ਹੈ ਨਾ, ਡਾਇਰੈਕਸ਼ਨ 2 ਤਾਂ ਦੇਣੀ ਪੈਣੀ ਹੈ। ਜੇ ਅਸੀਂ ਇੱਕ ਲਾਈਨ ਇੱਧਰ ਨੂੰ ਦੇ ਦਈਏ, ਠੀਕ ਹੈ, ਅਤੇ ਪੈਟਰਨ ਕਰਨਾ ਚਾਹੁੰਦੇ ਹਾਂ, ਕਿਹੜੀ ਕਰੋ। ਮੈਂ ਕਿਹਾ ਜੀ ਆਹ ਵਾਲੀ। ਪਹਿਲੀ ਡਾਇਰੈਕਸ਼ਨ ਕਿਹੜੀ, ਮੈਂ ਕਿਹਾ ਜੀ ਇੱਧਰ ਵਾਲੀ। ਦੂਜੀ ਡਾਇਰੈਕਸ਼ਨ ਕਿਹੜੀ, ਮੈਂ ਕਿਹਾ ਜੀ ਇੱਧਰ ਵਾਲੀ। ਜਿੰਨੀ ਵੈਲਿਊ ਭਰ ਦਾਂਗੇ, ਜਿੰਨੀ ਪਿੱਚ ਕਰ ਦਾਂਗੇ, ਉਹਨੇ ਕੱਲ੍ਹ ਨੂੰ ਚੇਂਜ ਕੀਤਾ ਐਂਗਲ ਅਤੇ ਉਹ ਵੀ ਆਟੋਮੈਟਿਕਲੀ, ਠੀਕ ਹੈ। ਪੈਟਰਨ 'ਚ ਇਹੀ 2 ਕਮਾਂਡਾਂ ਨੇ, ਠੀਕ ਹੈ, ਇਹ ਸੀਗਾ ਲੀਨੀਅਰ ਪੈਟਰਨ, ਠੀਕ ਹੈ। ਨੈਕਸਟ ਹੈਗਾ ਸਰਕੂਲਰ ਪੈਟਰਨ, ਜਿਹੜਾ ਆਪਾਂ ਹੁਣੇ ਦੇਖਿਆ ਪੈਟਰਨ ਸਰਕੂਲਰ, ਇਹਨੂੰ ਸਿਲੈਕਟ ਕੀਤਾ, ਸੈਂਟਰ ਪੁਆਇੰਟ ਦਿੱਤਾ, ਨੰਬਰ ਆਫ ਆਈਟਮਾਂ ਦੱਸੀਆਂ ਕਿੰਨੇ ਡਿਗਰੀ। ਓਕੇ, ਆ ਜਿਹੜਾ ਡੋਟ ਨਜ਼ਰ ਆ ਰਿਹਾ, ਇੱਥੋਂ ਐਡਿਟ ਹੁੰਦਾ, ਇੱਕ 'ਤੇ ਆਉਂਦਾ ਨਾ, ਉਹ ਦਿਖਾਉਂਦਾ ਵੀ ਕਮਾਂਡ ਕਿੱਥੇ ਲੱਗੀ, ਠੀਕ ਹੈ, ਕਦੇ ਵੀ ਐਡਿਟ ਕਰ ਸਕਦੇ। ਫਿਨਿਸ਼ ਕਰਾਂਗੇ ਤਾਂ ਸਾਡਾ ਇੱਕ ਹੋਰ ਹੈ ਜਰਨਲ, ਉਹ ਮੈਂ ਕਰਾਉਂਦਾ।